ਬੱਚਾ ਆਨੰਦ ਵੀ ਗਾਇਬ ਕਰਤਾ ਉਹਨਾਂ ਨੇ ਗੁਰੂ ਗ੍ਰਾਮਣ ਵੀ ਉਹਨਾਂ ਨੂੰ ਗਾਇਬ ਕਰਕੇ ਉਹ ਪਰੇ ਕਰ ਗਏ ਆ ਕਦੀ ਤੁਸੀਂ ਆ ਰਹੇ ਹੋ ਤੇ ਰਸਾਲੇ ਪੜੋ ਨਾ ਪੜਨਾ ਚਾਹੀਦਾ ਸਿੱਖ ਰਹਿਤ ਮਰਿਆਦਾ ਕਿੰਨੀ ਆ ਹਰ ਚੀਜ਼ ਪੜੋ ਤਾਂ ਕਿ ਪਤਾ ਇਹ ਥੌੜੀ ਮਾਨਸਿਕ ਸੋਚ ਵਿੱਚ ਕਿਉਂ ਕਲਾ ਜਿਹੜੀਆਂ ਬੈਠੀਆਂ ਹੋਈਆਂ ਨੇ ਅਸੀਂ ਤੁਹਾਡੀ ਸੋਚਾਂ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੇ ਵਸੇ ਹੋਏ ਆ ਉਹ ਸ਼ਬਦ ਜਿਹੜੇ ਆ ਉਸੇ ਤਰ੍ਹਾਂ ਬਰਕਰਾਰ ਕਰੋਗੇ ਇਸੇ ਧਰਤੀ ਦੇ ਉੱਤੇ ਵਾਸੀ ਠਾਕੁਰ ਤੇਜਾ ਸਿੰਘ ਜੀ ਦਾ ਸੁੱਚਾ ਪਰਿਵਾਰ ਹਰ ਸਾਲ ਦੀ ਤਰ੍ਹਾਂ ਸਾਡੇ ਲੰਬੜਦਾਰ ਕਰਨੈਲ ਸਿੰਘ ਜੀ ਮਾਸਟਰ ਓਮਕਾਰ ਸਿੰਘ ਜੀ ਸਰਦਾਰ ਜੀ ਸਰਦਾਰ ਨਸੀਬ ਸਿੰਘ ਜੀ ਜੰਟ ਸਿੰਘ ਜੀ ਜੋ ਆਪ ਜੀ ਨੂੰ ਅੱਧੇ ਘੰਟੇ ਦੇ ਲਈ ਜੋ ਸਟੇਜ ਹੈ ਅੱਧੇ ਘੰਟੇ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਬਹੁਤ ਹੀ ਜੋਸ਼ੀਲੀਆਂ ਕਵਿਤਾਵਾਂ ਲੈ ਕੇ ਆਪ ਜੀ ਸਾਹਮਣੇ ਸਨਮੁੱਖ ਹੋਏ ਨੇ ਬੜੇ ਪਿਆਰ ਦੇ ਨਾਲ ਆਪ ਜੀ ਨੂੰ ਸ਼ਰਪਣ ਕਰਨਾ ਹੈ ਮੈਂ ਇੱਕ ਵਾਰ ਫਿਰ ਵਿਸ਼ੇਸ਼ ਤੌਰ 'ਤੇ ਜੋ ਟਾਹਲੀ ਦੇ ਖੱਬੇ ਪਾਸੇ ਸੰਗਤਾਂ ਬੈਠੀਆਂ ਨੇ ਮੇਰੀਆਂ ਭੈਣਾਂ ਮਾਤਾਵਾਂ ਬੱਚੀਆਂ ਉਹਨਾਂ ਨੂੰ ਬੇਨਤੀ ਹੈ ਕਿ ਬੜੇ ਚੁੱਪ ਦਾਨ ਬਖਸ਼ਿਸ਼ ਕਰਨਾ ਹੈ ਐਸੇ ਵਿਦਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਮੀਡੀਆ ਚੈਨਲ ਦੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਨਗਰ ਖੋੜ ਦੇ ਵਿੱਚ ਆ ਕੇ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਕਵਰਿੰਗ ਕੀਤਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਆਪਣੇ ਸਮੁੱਚੇ ਨਗਰ ਦੀ ਸੰਗਤ ਦੀ ਤਰਫੋਂ ਅਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਬੰਧਕ ਕਮੇਟੀ ਦੀ ਤਰਫੋਂ ਸਮੁੱਚੇ ਇਲਾਕੇ ਦੀ ਸਮੂਹ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਪਾਵਨ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਆਪਣੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੀ ਤਰਫੋਂ ਵਿਸ਼ੇਸ਼ ਤੌਰ 'ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਸਿੱਖ ਵਸੂ ਅਤੇ ਦੂਸਰੀ ਜਿੰਨੀ ਵੀ ਕਮੇਟੀਆਂ ਹਨ ਉਹਨਾਂ ਨੂੰ ਇਸ ਗੁਰੂ ਗੋਬਿੰਦ ਸਿੰਘ ਦੇ ਜੋ ਇੱਕ ਬਲਿਦਾਨ ਦੇ ਜਿਨ੍ਹਾਂ ਨੇ ਆਪਣਾ ਪੂਰਾ ਸਰਵੰਸ ਬਲਿਦਾਨ ਕਰ ਦਿੱਤਾ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਨਗਰ ਖੋੜ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਇਹ ਨਗਰ ਕੀਰਤਨ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਹੇਠ ਸਵੇਰੇ 10 ਵਜੇ ਆਰੰਭ ਹੋ ਕੇ ਸ਼ਾਮ ਨੂੰ 5 ਵਜੇ ਨਗਰ ਭੂਆ ਵਿੱਚ ਸਮਾਪਤੀ ਹੋਣੀ ਹੈ ਸਮੂਹ ਸੰਗਤਾਂ ਨੂੰ ਇੱਕ ਵਾਰ ਆਪਣੀ ਪ੍ਰਬੰਧਕ ਕਮੇਟੀ ਅਤੇ ਦਾਸ DGP ਦੇ ਮੈਂਬਰ ਹੋਣ ਦੇ ਨਾਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ